ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਕੁਕੁ ਜੇ ਕਸ਼ਮੀਰੀ ਪੰਡਤ ਆ ਕੇ ਬੋਲੇ ਸਤ ਗੁਰੂ ਨੂੰ ਜੀ ਤੁਸੀਂ ਬਚਾਓ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਜੀ ਤੁਸੀਂ ਬਚਾਓ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਦਿੱਲੀ ਤਖਤ ਤੇ ਬੈਠਾ ਦਿੱਲੀ ਤਖਤ ਤੇ ਬੈਠਾ ਔਰੰਗਜ਼ੇਬ ਕਸਾਈ ਏ ਤੱਕੇ ਨਾਲ ਹੀ ਸਾਡੇ ਜੰਝੂ ਜਾਂਦਾ ਲਾਈ ਏ ਤੱਕੇ ਨਾਲ ਹੀ ਸਾਡੇ ਜੰਝੂ ਜਾਂਦਾ ਲਾਈ ਏ ਉਝਾੜਨ ਉਤੇ ਆਇਆ ਸਾਡੇ ਵਸਦੇ ਵੇੜੇ ਨੂੰ ਉਝਾੜਨ ਉਤੇ ਆਇਆ ਸਾਡੇ ਵਸਦੇ ਵੇੜੇ ਨੂੰ ਜੀ ਤੁਸੀਂ ਬਚਾਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ ਜੀ ਤੁਸੀਂ ਬਚਾਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ ਥੱਕ ਗਏ ਹਾਂ ਥਾਂ ਥਾਂ ਤੇ ਫਰਿਆਦਾਂ ਕਰ ਕਰਕੇ ਥੱਕ ਗਏ ਹਾਂ ਥਾਂ ਥਾਂ ਤੇ ਫਰਿਆਦਾਂ ਕਰ ਕਰਕੇ ਵਿੱਚ ਵਿਚਾਲੇ ਛੱਡਣ ਵਾਲੇ ਮਿਲਦੇ ਰਹ ਹੋਂਤੇ ਵਿਚ ਵਿਚਾਲੇ ਛੱਡਨ ਵਾਲੇ ਮਿਲਦੇ ਰਹਾਂਤੇ ਸਾਰੇ ਧਾਮਨ ਛੱਡ ਕੇ ਧਾਮਨ ਫੜਿਆ ਤੇਰੇ ਨੂੰ ਸਾਰੇ ਧਾਮਨ ਛੱਡ ਕੇ ਧਾਮਨ ਫੜਿਆ ਤੇਰੇ ਨੂੰ ਜੀ ਤੁਸੀਂ ਬਚਾਓ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਜੀ ਤੁਸੀਂ ਬਚਾਓ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਸਤ ਗੁਰ ਬੋਲੇ ਸਿੱਖਿਆ ਸਾਨੂੰ ਸਾਡੇ ਪੁਰਖਾਂ ਦੀ ਸਤ ਗੁਰ ਬੋਲੇ ਸਿੱਖਿਆ ਸਾਨੂੰ ਸਾਡੇ ਪੁਰਖਾਂ ਦੀ ਆਕੜ ਪਨ ਕੇ ਰੱਖਦੇ ਹੋ ਇਨਾ ਮੁਲਗਾ ਤੁਰਕਾਂ ਦੀ ਆਕੜ ਪਨ ਕੇ ਰੱਖਦੇ ਹੋ ਇਨਾ ਮੁਗਲਾਂ ਤੁਰਕਾਂ ਦੀ ਅਸੀਂ ਡੁੱਬਣ ਨਹੀਂ ਦਿੰਦੇ ਤੁਹਾਡੇ ਧਰਮ ਦੇ ਬੇੜੇ ਨੂੰ ਅਸੀ ਡੁੱਬਣ ਨਹੀਂ ਦਿੰਦੇ ਤੁਹਾਡੇ ਧਰਮ ਦੇ ਬੇੜੇ ਨੂੰ ਜੇ ਤੁਸੀਂ ਬਚਾਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ ਜੇ ਤੁਸੀਂ ਬਚਾਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ ਇਸ ਕਰਦੀ ਮਰਿਆਦਾ ਇਸ ਕਰਦੀ ਮਰਿਆਦਾ ਭਾਂਜਨਾ ਦੀ ਫੜ ਲਈਏ ਲੱਖ ਵੈਰੀ ਵੀ ਆਜੇ ਸੀਸ ਤਲੀ ਤੇ ਤਰ ਦਈਏ ਲੱਖ ਵਰੀ ਵੀ ਆਜੇ ਸੀਸ ਤਲੀ ਤੇ ਤਰ ਦਈਏ ਕਿਵੇਂ ਔਰੰਗਾ ਪਾਉ ਕਿਵੇਂ ਔਰੰਗਾ ਪਾਉ ਹੱਥ ਜਨੇ ਉਥੋਡੇ ਨੂੰ ਕਿਵੇਂ ਔਰੰਗਾ ਪਾਉ ਹੱਥ ਜਨੇ ਉਥੋਡੇ ਨੂੰ ਜੀ ਤੁਸੀਂ ਬਚਾਓ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਜੀ ਤੁਸੀਂ ਬਚਾਓ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਗੁਰੂ ਤੇਗ ਬਹਾਦਰ ਸੀਸ ਕਟਾ ਕੇ ਦੱਸਿਆ ਲੋਕਾਂ ਨੂੰ ਗੁਰੂ ਤੇਗ ਬਹਾਦਰ ਸੀਸ ਕਟਾ ਕੇ ਦੱਸਿਆ ਲੋਕਾਂ ਨੂੰ ਨਾ ਡਰੋਣਾ ਨਾ ਹੈ ਡਰਨਾ ਦੱਸਿਆ ਲੋਕਾਂ ਨੂੰ ਨਾ ਡਰੋਣਾ ਨਾ ਦਰਨਾੰਦ ਸਿਆ ਲੋਕਾਂ ਨੂੰ ਮੰਨਣ ਵਾਲਾ ਅਮਰ ਬਰੇ ਨੇ ਵਾਲਾ ਸਤਿਗੁਰ ਨੂੰ ਜੇ ਤੁਸੀਂ ਬਚਾਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ ਜੇ ਤੁਸੀਂ ਬਚਾਓ ਸਾਡੇ ਡੁੱਬਦੇ ਧਰਮ ਦੇ ਬੇੜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ